ਸਾਈਡ ਵੈਲਫੇਅਰ ਸੁਸਾਇਟੀ ਯੂਕੇ ਦੇ ਸਰਪ੍ਰਸਤ ਬਿੰਦੂ ਦੌਲ ਤੇ ਸਤਰਾਮ ਸਿੰਘ ਬਾੜਾ ਵੱਲੋਂ ਦੌਲ ਫਾਰਮ ਘੁੜਕਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜ਼ਰੂਰਤਮੰਦ ਲੜਕੀਆਂ ਨੇ ਆਨੰਦ ਕਾਰਜ ਕਰਵਾਏ ਗਏ। ਇਹਨਾਂ ਜੋੜਿਆਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਸੰਤ ਗੁਰਚਰਨ ਸਿੰਘ ਨੇ ਕਿਹਾ ਕਿ ਬਿੰਦੂ ਦੌਲ ਸੰਤਾਂ ਵਾਲੇ ਕਾਰਜ ਕਰ ਰਹੇ ਹਨ, ਕਿਸੇ ਗਰੀਬ ਲੜਕੀ ਦਾ ਵਿਆਹ ਕਰਨ ਤੋਂ ਵੱਡਾ ਕੋਈ ਪੁੰਨ ਨਹੀਂ। ਪ੍ਰਬੰਧਕ ਅਸ਼ਵਨੀ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਅਨੂਪ ਕੌਸ਼ਲ, ਸੰਨੀ ਹੁੰਗਲ, ਮਨੀ ਘੁੜਕਾ, ਤਰਲੋਚਨ ਜੌਹਲ, ਬੱਬੀ ਜੌਹਲ, ਸੁੱਖਾ ਬਾਹੂਵਾਲ, ਪ੍ਰਦੀਪ ਜੌਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇੱਕ ਸਾਲ ਦੀ ਤਰ੍ਹਾਂ ਅੱਜ ਜੌਹਲ ਫਾਰਮ ਕੁੜਕਾ ਵਿਖੇ ਸਾਡੇ ਸੰਸਥਾਪਕ ਜਿਹੜੇ ਬਿੰਦੂ ਜੌਹਲ ਨੇ, ਉਹਨਾਂ ਦੀ ਸਾਰੀ ਟੀਮ ਜਿਹੜੀ ਬਾੜਾ ਪਰਿਵਾਰ ਹੈਗੀ ਆ, ਆਪਣੇ ਅਮਰੀਕ ਜੌਹਲ ਜੀ, ਅਮਰੀਕ ਜੁਕੇ ਜੀ, ਮਨਮੋਹਨ ਵਾਰਿਸ ਭਾਅ ਜੀ, ਆਪਣੇ ਮੰਗੀ ਮਾਲ ਜੀ ਅਤੇ ਐਡਵੋਕੇਟ ਅਸ਼ਨੀ ਜੀ, ਇਹ ਸਾਰੀ ਸਮੁੱਚੀ ਟੀਮ ਜਿਹੜੀ ਆ ਰਲ ਮਿਲ ਕੇ ਹਰੇਕ ਸਾਲ ਜਿਹੜੀ ਹੈਗੀ ਆ ਉਹ ਲੋੜਵੰਦ ਬੱਚੀਆਂ ਦੇ ਵਿਆਹ ਕਰਦੇ ਆ। ਅੱਜ 6 ਬੱਚੀਆਂ ਦੇ ਵਿਆਹ ਜਿਹੜੇ ਆ ਜੌਹਲ ਫਾਰਮ ਕੁੜਕਾ ਵਿਖੇ ਅਸੀਂ ਕਰਵਾ ਰਹੇ ਹਾਂ। ਇਸ ਤੋਂ ਇਲਾਵਾ 11 ਤਰੀਕ ਨੂੰ ਆਪਾਂ ਨੂੰ ਜਿਵੇਂ ਪਤਾ ਹੈ ਕਿ ਸਾਰੇ ਇਲਾਕੇ ਨੂੰ ਕਿ ਹਰੇਕ ਸਾਲ ਦੀ ਤਰ੍ਹਾਂ ਇੱਥੇ ਨਵੀਂ ਜੰਮੀਆਂ ਬੱਚੀਆਂ ਜਿਹੜੀਆਂ ਉਹਨਾਂ ਦੀ ਲੋਹੜੀ ਪਾਉਂਦੇ ਹਾਂ ਅਤੇ ਇਸ ਟਾਈਮ 'ਤੇ ਇਹੀ ਸੰਦੇਸ਼ ਹੈ ਕਿ ਲੜਕੀਆਂ ਲੜਕਿਆਂ ਦੇ ਵਿੱਚ ਅੱਜ ਦੇ ਸਮਾਜ ਵਿੱਚ ਕੋਈ ਫਰਕ ਨਹੀਂ ਹੈ, ਨਾ ਸਾਨੂੰ ਫਰਕ ਸਮਝਣਾ ਚਾਹੀਦਾ ਹੈਗਾ। ਬੱਚੀਆਂ ਵੀ ਉਨੀਆਂ ਹੀ ਪੇਰੈਂਟਸ ਦੀ ਦੇਖ ਰੇਖ ਕਰਦੀਆਂ ਜਿੰਨੀ ਕਿ ਲੜਕੇ ਕਰਦੇ। ਤੋ ਇਸ ਮੰਤਵ ਨੂੰ ਰੱਖ ਕੇ ਅਸੀਂ ਬੱਚੀਆਂ ਦੀ ਲੋਹੜੀ ਦਾ ਜਿਹੜਾ ਉਹ ਸਮਾਗਮ ਸ਼ੁਰੂ ਕੀਤਾ ਸੀਗਾ ਉਹ ਅਸੀਂ 11 ਤਰੀਕ ਨੂੰ ਕਰ ਰਹੇ ਹਾਂ। ਅੱਜ ਅਸੀਂ ਲੋੜਵੰਦ ਬੱਚੀਆਂ ਦਾ ਜਿਹੜੇ ਆ ਜੌਹਲ ਫਾਰਮ ਕੁੜਕਾ ਵਿਖੇ ਵਿਆਹ ਕਰ ਰਹੇ ਹਾਂ। ਥੈਂਕ ਯੂ। ਅੱਜ ਬਹੁਤ ਵਧੀਆ ਜਿਹੜੇ ਕਾਰਜ ਸੰਪੰਨ ਹੋਣ ਜਾ ਰਹੇ ਨੇ, ਜਿਹੜੇ ਆਨੰਦ ਕਾਰਜ 6 ਆਨੰਦ ਕਾਰਜ ਹੈਗੇ ਆ ਅਤੇ ਜਿਹੜੇ ਲੋੜਵੰਦ ਬੱਚੀਆਂ ਦੇ ਹੈਗੇ ਆ ਉਹ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੰਪੰਨ ਹੋਣਗੇ ਅਤੇ ਉਹਦੇ ਵਾਸਤੇ ਅੱਜ ਜਿਹੜੀਆਂ ਬਰਾਤਾਂ ਹੈਗੀਆਂ ਉਹ ਆ ਰਹੀਆਂ ਹਨ। ਜਿਹੜੇ ਸ਼ਗਨ ਵਿਹਾਰ ਸਮਾਜਿਕ ਤੌਰ 'ਤੇ ਆਪਾਂ ਕਰਦੇ ਹੈਗੇ ਆ ਉਹ ਪੂਰੇ ਹੋਣ ਜਾ ਰਹੇ ਆ ਅਤੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਮੋਹਤਵਾਰ ਵਿਅਕਤੀ ਉੱਥੇ ਆ ਰਹੇ ਹਾਂ। ਅਸੀਂ ਬਹੁਤ ਧੰਨਵਾਦੀ ਹੈਗੇ ਹਾਂ ਪਿੰਡੂ ਜੌਹਲ ਸਾਹਿਬ ਦਾ ਬਾੜਾ ਪਰਿਵਾਰ, ਸੋਪਾ ਪਰਿਵਾਰ, ਸੈਣੀ ਪਰਿਵਾਰ ਦਾ, ਜਿਨ੍ਹਾਂ ਦੇ ਉੱਦਮ ਸਦਕਾ ਅਤੇ ਪੂਰੇ ਜਿਹੜੇ ਕਮੇਟੀ ਦੇ ਮੈਂਬਰ ਹੈਗੇ ਆ ਉਹ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਐਸ ਪੀ ਸਰਬਜੀਤ ਰਾਏ ਜੀ ਅਤੇ ਮਨਮੋਹਨ ਵਾਲਾ ਜੀ ਵੀ ਆਪਣੇ ਉੱਥੇ ਪਹੁੰਚ ਕੇ ਆਪਣੀਆਂ ਜਿਹੜੀਆਂ ਹਾਜ਼ਰੀਆਂ ਲਗਵਾ ਕੇ ਇਸ ਜਿਹੜੇ ਕਾਰਜਾਂ ਨੂੰ ਪੂਰਾ ਕਰ ਰਹੇ ਹੈ। ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਇਸ ਸੁਨੇਹੇ ਨੂੰ ਘਰ ਘਰ ਤੱਕ ਪਹੁੰਚਾ ਕੇ ਜਿਹੜਾ ਇਹ ਕਾਰਜਾਂ ਦੀ ਰੌਣਕ ਨੂੰ ਵਧਾ ਰਹੇ। ਥੈਂਕ ਯੂ।